ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ ਮੈਂ ਹਾਂ ਜਗਜੀਤ ਸਿੰਘ ਪੰਜੋਲੀ ਅੱਜ ਆਪਾਂ ਕੁਝ ਸਿਆਸਤ ਤੋਂ ਹਟ ਕੇ ਗੱਲ ਕਰਦੇ ਆਂ ਅੱਜ ਆਪਾਂ ਗੱਲ ਕਰਦੇ ਆਂ ਕਲਾ ਦੀ ਦੋਸਤੋ ਕਲਾ ਜਿਹੜੀ ਆ ਕਣ ਤੋਂ ਸ਼ੁਰੂ ਹੋ ਕੇ ਬ੍ਰਹਮੰਡ ਤੱਕ ਜਿਹੜੀ ਆ ਕਲਾ ਫੈਲੀ ਹੋਈ ਹੈ ਗੱਲ ਦੇਖਣ ਦਾ ਨਜ਼ਰੀਆ ਕੀ ਆ ਪਰਖਣ ਦੀ ਲੋੜ ਹੁੰਦੀ ਆ ਕਲਾ ਕਿੱਥੇ ਨਹੀਂ ਕਣ ਤੋਂ ਸ਼ੁਰੂ ਹੋ ਕੇ ਬ੍ਰਹਮੰਡ ਦੇ ਵਿੱਚ ਜੋ ਕੁਝ ਵਾਪਰ ਰਿਹਾ ਹਰ ਇੱਕ ਚੀਜ਼ ਜਿਹੜੀ ਆ ਕਲਾ ਤੋਂ ਪ੍ਰਭਾਵਿਤ ਆ ਕਲਾ ਦੇ ਵਿੱਚ ਆ ਕਲਾ ਦੇ ਅਧੀਨ ਆ ਕਲਾ ਜਿਹੜੀ ਆ ਕਲਾ ਨੂੰ ਪਰਖਣ ਦੀ ਦੇਖਣ ਦੀ ਲੋੜ ਹੈ ਕਿਉਂਕਿ ਕੁਦਰਤ ਜਿਹੜੀ ਹੈ ਕੁਦਰਤ ਵੀ ਬਹੁਤ ਵੱਡੀ ਕਲਾ ਹੈ ਤੇ ਉਹਨੂੰ ਦੇਖਣ ਦਾ ਨਜ਼ਾਰਾ ਦੇਖਣ ਦਾ ਨਜ਼ਰੀਆ ਹੋਣਾ ਚਾਹੀਦਾ ਹੈ ਕੁਦਰਤ ਜਿਹੜੀ ਹੈ ਬਹੁਤ ਵਿਸ਼ਾਲ ਹੈ ਸੋ ਜੇ ਆਪਾਂ ਕਲਾ ਦੀ ਗੱਲ ਕਰੀਏ ਜੇ ਮਨੁੱਖਤ ਮਨੁੱਖ ਦੀ ਗੱਲ ਕਰੀਏ ਤਾਂ ਮਨੁੱਖ ਵੀ ਜਿਹੜਾ ਜਨਮ ਤੋਂ ਕਲਾ ਦੇ ਵਿੱਚ ਹੀ ਹੈ ਮਨੁੱਖ ਵੀ ਕਲਾ ਦੇ ਨਾਲ ਹੀ ਜੁੜਿਆ ਹੋਇਆ ਹੈਗਾ ਜਨਮ ਦੇ ਦੌਰਾਨ ਤੋਂ ਹੀ ਜਿਹੜੀ ਹੈ ਕਲਾ ਸ਼ੁਰੂ ਹੋ ਜਾਂਦੀ ਹੈ ਮਨੁੱਖ ਜਿਹੜਾ ਉਹ ਕਲਾ ਦੇ ਵਿੱਚ ਹੀ ਜੀਵਨ ਬਤੀਤ ਕਰਦਾ ਹੈ ਮਨੁੱਖ ਕੋਲ ਗਾਉਣ ਦੀ ਲਿਖਣ ਦੀ ਪੜ੍ਹਨ ਦੀ ਸੁਣਨ ਦੀ ਕਲਾ ਕਲਾ ਨੂੰ ਡਿਫਾਈਨ ਕਰਨਾ ਬੜਾ ਮੁਸ਼ਕਲ ਹੈ ਕਲਾ ਨੂੰ ਲਿਖ ਕੇ ਬੋਲ ਕੇ ਗਾ ਕੇ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਵੀ ਕਲਾ ਜਿਹੜੀ ਹੈ ਕਣ ਤੋਂ ਸ਼ੁਰੂ ਹੋ ਜਾਂਦੀ ਹੈ ਦੋਸਤੋ ਜਿਹੜਾ ਬਰੀਕੀ ਵਾਲੀ ਬਹੁਤ ਬਰੀਕੀ ਨਾਲ ਕਲਾ ਹੁੰਦੀ ਹੈ ਉਹਨੂੰ ਸਮਝਣ ਦੀ ਲੋੜ ਹੈ ਉਹਨੂੰ ਆਪਾਂ ਲਘੂ ਕਲਾ ਕਹਿੰਦੇ ਆ ਜਿਹੜਾ ਬਰੀਕੀ ਦਾ ਕੰਮ ਹੈ ਸੋ ਅੱਜ ਆਪਾਂ ਗੱਲ ਕਰਾਂਗੇ ਇੱਕ ਚੌਕ ਜਿਹੜਾ ਆਪਾਂ ਸਕੂਲ ਦੇ ਵਿੱਚ ਅਕਸਰੀ ਅਧਿਆਪਕ ਜਦੋਂ ਪੜਾਉਂਦਾ ਤਾਂ ਸਿਰਫ ਚੌਕ ਨੂੰ ਬਲੈਕਬੋਰਡ ਤੱਕ ਹੀ ਦੇਖਦੇ ਆ ਜਾਂ ਟੀਚਰ ਜਦੋਂ ਕੋਈ ਬੱਚਾ ਗੁੱਸੇ ਗਲਤ ਕੰਮ ਕਰਦਾ ਜਾਂ ਸ਼ਰਾਰਤ ਕਰਦਾ ਤਾਂ ਟੀਚਰ ਜਿਹੜਾ ਉਹ ਚੌਕ ਬੱਚੇ ਦੇ ਮਾਰਦਾ ਤਾਂ ਜਾਂ ਬੱਚਾ ਜਿਹੜਾ ਉਹ ਕੰਦਾਂ ਦੇ ਉੱਤੇ ਘਾਟੇ ਮਾਟੇ ਜਾਂ ਊੜ ਪਟੰਗ ਜੋ ਵੀ ਲਿਖਣਾ ਹੁੰਦਾ ਬੱਚਾ ਚਾਕ ਨੂੰ ਇਸ ਤਰ੍ਹਾਂ ਆਪਾਂ ਦੇਖਦੇ ਆ ਚਾਕ ਦੋਸਤੋ ਇੱਕ ਮਿੱਟੀ ਹੈ ਉਸ ਮਿੱਟੀ ਦੇ ਵਿੱਚ ਵੀ ਉਸ ਮਿੱਟੀ ਨੂੰ ਵੀ ਕਲਾ ਦੇ ਰਾਹੀਂ ਕਲਾ ਬਣਾ ਕੇ ਦੇਖਿਆ ਕਲਾ ਬਣ ਗਈ ਕਿਸ ਤਰੀਕੇ ਨਾਲ ਉਸ ਮਿੱਟੀ ਦਾ ਉਪਯੋਗ ਕੀਤਾ ਹੈ ਸਾਡੇ ਨਾਲ ਨੇ ਬਲਰਾਜ ਸਿੰਘ ਜੀ ਜਿਹੜੇ ਲਘੂ ਕਲਾਕਾਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਬਲਰਾਜ ਜੀ ਤੁਹਾਡਾ ਗਲੋਬਲ ਪੰਜਾਬ ਟੀਵੀ ਤੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮਨੀਚਲ ਆਰਟਿਸਟ ਹੋ ਤੁਸੀਂ ਚਾਕ ਦੇ ਵਿੱਚ ਮੈਂ ਦੇਖਿਆ ਤੁਸੀਂ ਚਾਕ ਨੂੰ ਬਹੁਤ ਤਰੀਕੇ ਨਾਲ ਚਾਕ ਦੀ ਕਲਾ ਕਰੀਤੀ ਤੁਹਾਡੀ ਦੇਖੀ ਹੈ ਵੀ ਤੁਸੀਂ ਚਾਕ ਦੇ ਪਰਖ ਕਰਕੇ ਬਹੁਤ ਸਾਰੀਆਂ ਤਸਵੀਰਾਂ ਜਿਹੜੀਆਂ ਨੇ ਬਹੁਤ ਬਰੀਕੀ ਨਾਲ ਕੰਮ ਕੀਤਾ ਤੇ ਬਹੁਤ ਸਾਰੇ ਜਿਹੜੇ ਪਰਸਨੈਲਿਟੀਆਂ ਹੈਗੀਆਂ ਨੇ ਖਾਸ ਕਰਕੇ ਭਾਰਤ ਨਾਲ ਜੁੜੀਆਂ ਪੰਜਾਬ ਨਾਲ ਜੁੜੀਆਂ ਉਹ ਤੁਸੀਂ ਚਾਕ ਦੇ ਉੱਤੇ ਬਣਾ ਦਿੱਤੀਆਂ ਨੇ ਇਹ ਕਲਾ ਕਿੱਥੋਂ ਦਿਮਾਗ ਦੇ ਵਿੱਚ ਆਈ ਕੀ ਕਨਸੈਪਟ ਬਣਿਆ ਇਹ ਬਸ ਇਹ ਇੱਕ ਬੈਠੇ-ਬੈਠੇ ਇੱਕ ਦਿਨ ਸਟਾਰਟ ਕੀਤਾ ਜੀ ਪ੍ਰਮਾਤਮਾ ਨੇ ਹੁਨਰ ਬਖਸ਼ਤਾ ਬੈਠੇ-ਬੈਠੇ ਹੀ ਕਿਉਂਕਿ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਕਣ-ਕਣ ਦੇ ਵਿੱਚ ਕਲਾ ਹੈਗੀ ਹੈ ਤੇ ਆਪਾਂ ਇੱਕ ਚੌਕ ਨੂੰ ਕਲਾ ਦੇ ਰੂਪ ਦੇ ਵਿੱਚ ਦੇਖਿਆ ਇੱਕ ਦਿਨ ਬੈਠੇ ਬੈਠੇ ਮੈਂ ਚੌਕ ਨੂੰ ਘੜਨਾ ਸਟਾਰਟ ਕੀਤਾ ਖਾਲੀ ਪੰਨੇ ਨਾਲ ਤੇ ਇੱਕ ਚਿਹਰਾ ਉੱਭਰ ਕੇ ਸਾਹਮਣੇ ਆ ਗਿਆ ਤੇ ਬਸ ਉੱਥੋਂ ਇਹ ਸਫਰ ਸਟਾਰਟ ਹੋਇਆ ਤੇ ਅੱਜ ਤੱਕ ਮਤਲਬ ਜਿੰਨੀ ਵੀ ਬਹੁਤ ਅਲੱਗ-ਅਲੱਗ ਤਰ੍ਹਾਂ ਦੀ ਕਲਾਕ੍ਰਿਤੀਆਂ ਮੈਂ ਜਿਹੜੀ ਘੜੀਆਂ ਨੇ ਹਿਊਮਨ ਫੇਸ ਤੋਂ ਲੈ ਕੇ ਹਿਊਮਨ ਫਿਗਰ ਪੂਰੀ ਤੇ ਬਹੁਤ ਕੰਮ ਕੀਤਾ ਹੈ ਚੌਕ ਤੇ ਹਲੇ ਤੇ ਬਹੁਤ ਕਰਨਾ ਵੀ ਹੈ ਤੇ ਇਹ ਹਲੇ ਤੱਕ ਜਿਹੜਾ ਸਫਰ ਹੈ ਇਹ ਚੱਲ ਰਿਹਾ। ਇਹ ਸਭ ਤੋਂ ਪਹਿਲਾਂ ਕੀ ਬਣਾਇਆ ਚੌਕ ਤੇ ਤੁਸੀਂ? ਆ ਜਿਹੜੇ ਸਭ ਤੋਂ ਪਹਿਲਾਂ ਤੁਸੀਂ ਫੇਸਿਸ ਇੱਥੇ ਪਏ ਨੇ ਜਿਹੜੇ ਫੇਸ ਪਏ ਨੇ ਇਕੱਲੇ ਤੁਸੀਂ ਦੇਖ ਸਕਦੇ ਹੋ ਉਹਨਾਂ ਜਿਹੜੇ ਹਿਊਮਨ ਫੇਸ ਨੇ ਇਹ ਸਭ ਤੋਂ ਪਹਿਲਾਂ ਘੜੇ ਗਏ ਸੀਗੇ ਹਾਂਜੀ ਉਸ ਤੋਂ ਬਾਅਦ ਫਿਰ ਬਾਡੀ ਬਣਾਣੀ ਤੁਸੀਂ ਉਜਾਰ ਵੀ ਬਣਾਏ ਹੋਏ ਆ ਹਨਾ ਬਹੁਤ ਤਰ੍ਹਾਂ ਦੀਆਂ ਜਿਵੇਂ ਤੁਸੀਂ ਚਾਹ ਦਾ ਕੱਪ ਵੀ ਕੱਪ ਵੀ ਤੁਸੀਂ ਚੌਕ ਦਾ ਬਣਾਤਾ ਤੇ ਉਹ ਸੰਗਲ ਵੀ ਬਣਾਏ ਹੋਏ ਨੇ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਵੀ ਤੁਸੀਂ ਬਣਾਈ ਹੈ ਵੱਖ-ਵੱਖ ਪਰਸਨੈਲਿਟੀ ਨਰਿੰਦਰ ਮੋਦੀ ਹੋਗੇ ਦੀਪ ਸਿੱਧੂ ਹੋ ਗਿਆ ਸਿਬਜੀ ਹੋਗੇ ਬਹੁਤ ਸਾਰੀਆਂ ਤੁਸੀਂ ਕਲਾ ਜਿਹੜੀ ਇਹ ਦਿਖਾਈ ਹੈ ਤੇ ਇਹ ਤੇ ਮਿਹਨਤ ਬਹੁਤ ਕੀਤੀ ਹੋਈ ਹੈ ਹਾਂਜੀ ਇਹ ਬਸ ਅਲੱਗ-ਅਲੱਗ ਕਲਕ ਰੀਤੀ ਬਣਾਉਣ ਦਾ ਮਕਸਦ ਇਹੀ ਸੀਗਾ ਕਿ ਪਹਿਲਾਂ ਲੱਗਿਆ ਕਿ ਜਿੱਦਾਂ ਮੈਂ ਹਿਊਮਨ ਫੇਸ ਬਣਾਏ ਤੇ ਉਸ ਤੋਂ ਬਾਅਦ ਲੱਗਿਆ ਕਿ ਪੂਰੀ ਪੂਰੀ ਫਿਗਰ ਬਣਾਈ ਜਾਵੇ ਪੂਰੀ ਬੋਡੀ ਬਣਾਈ ਜਾਵੇ ਤਾਂ ਫਿਰ ਮੇਲ ਫੀਮੇਲ ਤੋਂ ਬਾਅਦ ਅਲੱਗ-ਅਲੱਗ ਪਰਸਨੈਲਿਟੀਆਂ ਤੇ ਕੰਮ ਕਰਨਾ ਸਟਾਰਟ ਕੀਤਾ ਕਿ ਜਿਹੜੀ ਆਪਣੇ ਭਾਰਤ ਤੋਂ ਰਿਲੇਟਡ ਪਰਸਨੈਲਿਟੀਆਂ ਨੇ ਉਹਨਾਂ ਤੇ ਕੰਮ ਕੀਤਾ ਫਿਰ ਰਿਲੀਜੀਅਸ ਜਿਹੜੇ ਕਰੈਕਟਰ ਨੇ ਸਾਡੇ ਗੁਰੂ ਨੇ ਸਾਡੇ ਹਨਾ ਉਹਨਾਂ ਤੇ ਕੰਮ ਕੀਤਾ ਉਹ ਕੋਸ਼ਿਸ਼ ਕੀਤੀ ਕਿ ਇੱਕ ਉਹਨਾਂ ਨੂੰ ਰੂਪ ਦੇ ਪਾਵਾਂ ਤੇ ਇਹ ਜਿੰਨਾ ਵੀ ਕਲਾਕ੍ਰਿਤੀ ਹੈਗੀ ਹੈ ਸਾਰੀ ਚੌਕ ਤੇ ਖੜੀ ਗਈ ਹੈ ਜੀ ਹੂੰ ਤੇ ਚੌਕ ਇਹਦੇ ਵਿੱਚ ਖਰਾਬ ਵੀ ਬਹੁਤ ਹੋਏ ਹੋਣਗੇ ਟੁੱਟੇ ਬਹੁਤ ਹੋਣਗੇ ਹਾਂਜੀ ਬਹੁਤ ਚੌਕ ਖਰਾਬ ਹੋਏ ਆ ਮਤਲਬ ਕਈ ਵਾਰ ਤਾਂ ਇਦਾਂ ਹੁੰਦਾ ਸੀਗਾ ਕਿ ਤੁਸੀਂ ਬਿਲਕੁਲ ਐਂਡ ਮੂਵਮੈਂਟ ਤੇ ਆ ਕੇ ਚੌਕ ਟੁੱਟ ਜਾਂਦਾ ਸੀਗਾ ਤੇ ਬੁਰਾ ਲੱਗਦਾ ਸੀਗਾ ਪਰ ਹੁਣ ਟਾਈਮ ਜਿੰਦਾ ਬਹੁਤ ਲੰਬਾ ਟਾਈਮ ਹੋ ਗਿਆ ਇਸ ਸੀਜ਼ ਨੂੰ ਕਰਦੇ ਹੋਏ ਤਾਂ ਹੁਣ ਬਹੁਤ ਘੱਟ ਹੁੰਦਾ ਬਹੁਤ ਰੇਅਰ ਹੁੰਦਾ ਕਿਉਂਕਿ ਹੁਣ ਪਤਾ ਲੱਗ ਗਿਆ ਕਿ ਕਿੰਨਾ ਕਿਦਾਂ ਕੰਮ ਕੀਤਾ ਜਾ ਸਕਦਾ ਚੌਕ ਨੂੰ ਲੈ ਕੇ ਤੇ ਧਿਆਨ ਬੜਾ ਲਾਉਣਾ ਪੈਂਦਾ ਹੋਊਗਾ ਨਿਗਾ ਵੀ ਲੱਗਦੀ ਐ ਦਿਮਾਗ ਵੀ ਲੱਗਦਾ ਸਾਰਾ ਤੁਸੀਂ ਆਲੇ-ਦਾਲੇ ਇੱਕ-ਇੱਕ ਪਲ ਇੱਕ ਪਲ ਤੋਂ ਵੀ ਆਪਾਂ ਉਹਨੂੰ ਹੋਰ ਛੋਟਾ ਡਿਫਾਈਨ ਕਰਦੀ ਕਿਸੇ ਤਰੀਕੇ ਉਹ ਚੀਜ਼ਾਂ ਦੇਖ ਕੇ ਬਣਾਉਣਾ ਪੈਂਦਾ ਕਿਉਂਕਿ ਚਾਕ ਬੜਾ ਨਾਜ਼ੁਕ ਹੁੰਦਾ ਅਕਸਰ ਹੀ ਆਪਾਂ ਦੇਖਦੇ ਆਂ ਜੇ ਮਾੜਾ ਜਿਹਾ ਹੱਥ ਜੋ ਛੁੱਟ ਜੇ ਉਦੋਂ ਹੀ ਟੁੱਟ ਜਾਂਦਾ ਹਨਾ ਤੁਸੀਂ ਕਿਵੇਂ ਇੰਨਾ ਟਾਈਮ ਇੱਕ ਚੀਜ਼ ਨੂੰ ਬਣਾਉਣ ਲਈ ਘੰਟੇ ਪਤਲੇ ਦਿਨ ਕਿੰਨੇ ਦਿਨ ਲੱਗ ਜਾਂਦੇ ਆ ਬਿਲਕੁਲ ਜੀ ਤੁਸੀਂ ਗੱਲ ਕੀਤੀ ਐ ਜਿੱਦਾਂ ਕਿ ਬਹੁਤ ਜ਼ਿਆਦਾ ਪੇਸ਼ੈਂਸ ਚਾਹੀਦਾ ਐ ਇਹਦੇ ਵਾਸਤੇ ਕਿਉਂਕਿ ਬਹੁਤ ਡੈਲੀਕੇਟ ਹੈਗਾ ਚੌਕ ਤੇ ਤੁਹ ਪਤਾ ਹੈਗਾ ਕਿ ਕਿੰਨਾ ਕੁ ਤੁਸੀਂ ਪ੍ਰੈਸ਼ਰ ਪਾ ਸਕਦੇ ਹੋ ਚੌਕ ਦੇ ਉੱਪਰ ਨਹੀਂ ਤਾਂ ਟੁੱਟ ਜਾਏਗਾ ਜੇ ਜ਼ਿਆਦਾ ਆਪਾਂ ਉਹਦੇ ਤੇ ਕੰਮ ਕੀਤਾ ਤੇ ਉਹ ਧਿਆਨ ਰੱਖਣਾ ਪੈਂਦਾ ਤੇ ਬਹੁਤ ਅਲੱਗ ਤਰੀਕੇ ਦਾ ਇੱਕ ਦਿਮਾਗ ਨੂੰ ਸੈੱਟ ਕਰਕੇ ਉਸ ਜੀਜ਼ ਵਾਸਤੇ ਬੈਠਣਾ ਪੈਂਦਾ ਕਿ ਚਾਹੇ ਉਹ ਫਿਰ 1 ਘੰਟੇ ਦਾ ਕੰਮ ਹੋਵੇ 2 ਘੰਟੇ ਦਾ ਵੈਸੇ ਜੇ ਉਹ ਸਿੰਗਲ ਪੀਸ ਦੀ ਆਪਾਂ ਜੋ ਉਹਦੇ ਹਿਊਮਨ ਫਿਗਰ ਦੀ ਗੱਲ ਕਰਦੇ ਆ ਤਾਂ 5-6 ਘੰਟੇ ਦਾ ਕੰਮ ਹੈਗਾ ਪਰ ਉਹ ਇੱਕ ਸੀਟਿੰਗ 'ਚ ਪੋਸੀਬਲ ਨਹੀਂ ਹੈਗਾ ਫਿਰ ਉਹਨੂੰ ਪਾਰਟ ਦੇ ਵਿੱਚ ਡਿਵਾਈਡ ਕਰਕੇ ਕੰਮ ਕੀਤਾ ਜਾਂਦਾ ਹੈ ਫਿਰ ਜਦੋਂ ਤੁਸੀਂ ਇੱਕ ਦੱਸਿਆ ਵੀ 5-6 ਘੰਟੇ ਲੱਗਦੇ ਆ ਫੈਮਿਲੀ ਵਾਲੇ ਔਖੇ ਨਹੀਂ ਹੋ ਜਾਂਦੇ ਹਾਂ ਬਿਲਕੁਲ ਹੁੰਦਾ ਜੀ ਦੇਖੋ ਪਰ ਫੈਮਿਲੀ ਮਤਲਬ ਇੱਕ ਟਾਈਮ ਜਿਹੜਾ ਸ਼ਡਿਊਲ ਹੈਗਾ ਕਿ ਉਹਨੂੰ ਡਿਵਾਈਡ ਕੀਤਾ ਵਾ ਉਸ ਦੇ ਹਿਸਾਬ ਨਾਲ ਕਿ ਅਗਰ ਮੈਂ ਕੋਈ ਕੰਮ ਕਰਨਾ ਫਿਰ ਇਹ ਇਹ ਹੀ ਕਰਨਾ ਫਿਰ ਜਿਹੜਾ ਬਾਕੀ ਫੈਮਿਲੀ ਦੇ ਰਿਲੇਟਡ ਕੋਈ ਕੰਮ ਹੈਗਾ ਤਾਂ ਉਹ ਉਹਨੂੰ ਵੀ ਟਾਈਮ ਲੱਗ ਦਿੱਤਾ ਜਾਂਦਾ ਤਾਂ ਕੋਸ਼ਿਸ਼ ਰਹਿੰਦੀ ਹੈ ਕਿ ਸਾਰਾ ਮੈਨੇਜ ਕਰਕੇ ਚੱਲਿਆ ਜਾਵੇ ਕਿਉਂਕਿ ਇਹ ਇਹ ਜਿਹੜਾ ਇੱਕ ਮੈਂ ਕੰਮ ਉਹ ਸਟਾਰਟ ਕੀਤਾ ਸ਼ੌਂਕ ਹੈਗਾ ਤੇ ਇਹਨੂੰ ਲੱਗਦਾ ਕਿ ਕੁਝ ਨਵਾਂ ਕਰਨਾ ਹੈ ਤਾਂ ਫਿਰ ਮੈਂ ਬੈਠ ਜਾਂਦਾ ਜਿੰਨਾ ਕੁ ਮੈਨੂੰ ਟਾਈਮ ਮਿਲਦਾ ਚਾਹੇ ਉਹ ਘੰਟਾ ਬੈਠਾ ਇੱਕ ਹੈਨਾ ਤੇ ਕਈ ਵਾਰ ਤਾਂ ਐਦਾਂ ਹੁੰਦਾ ਕਿ ਉਹ ਪੀਸ ਇੱਕ ਪੀਸ ਨੂੰ ਦੋ ਦੋ ਦਿਨ ਵੀ ਲੱਗ ਜਾਂਦੇ ਕਿਉਂਕਿ ਟਾਈਮ ਦੀ ਕਈ ਵਾਰ ਸੌਰਟੇਜ ਹੋ ਜਾਂਦੀ ਹੈ ਸ਼ਡਿਊਲ ਬਿਜ਼ੀ ਹੋ ਜਾਂਦਾ ਤੇ ਉਹ ਮੈਨੇਜ ਆਪਣੇ ਆਪ ਤੇ ਹੁੰਦਾ ਹੈ ਕਿ ਆਪਾਂ ਕਿਦਾਂ ਆਪਣੀ ਲਾਈਫ ਨੂੰ ਮੈਨੇਜ ਕਰਨਾ ਹੈ ਤੇ ਆਪਣੇ ਸ਼ੌਂਕ ਨੂੰ ਕਿਦਾਂ ਪ੍ਰਬੰਧਨ ਕਰਨਾ ਹੈ ਇਹ ਜਿਵੇਂ ਇਹਨਾਂ ਨੂੰ ਬਣੀਆਂ ਹੋਈਆਂ ਤੁਸੀਂ ਹੈਗੀਆਂ ਨੇ ਇਹ ਪਿਕਚਰਜ਼ ਬਣੀਆਂ ਹੋਈਆਂ ਹਨਾ ਘੜ ਕੇ ਤੁਸੀਂ ਬਣਾਈਆਂ ਹੋਈਆਂ ਇਹਨਾਂ ਨੂੰ ਦੇਖ ਕੇ ਲੱਗਦਾ ਵੀ ਚਾਕ ਉਹੀ ਹੁੰਦਾ ਜਿਹੜਾ ਸਕੂਲ ਚ ਮੈਡਮ ਆਪਾਂ ਨੂੰ ਦਿਖਾਉਂਦੀ ਹੁੰਦੀ ਹੈ ਪੜਾਉਂਦੇ ਹੁੰਦੇ ਨੇ ਉਹੀ ਚਾਕ ਹੈ ਕਿ ਹੋਰ ਹੈ ਕੋਈ ਬਿਲਕੁਲ ਜੀ ਇਹ ਉਹੀ ਚੌਕ ਹੈਗਾ ਤੁਸੀਂ ਦੇਖ ਸਕਦੇ ਹੋ ਮੇਰੇ ਹੱਥ ਦੇ ਵਿੱਚ ਨਾਰਮਲ ਚੌਕ ਹੈਗਾ ਬਿਲਕੁਲ ਬਲੈਕਬੋਰਡ ਤੇ ਆਪਾਂ ਜਿਹੜਾ ਯੂਜ਼ ਕਰਦੇ ਆ ਸਿੰਪਲ ਚੌਕ ਹੈ ਇਹਨੂੰ ਹੀ ਕਾਰਵਿੰਗ ਕਰਕੇ ਕਾਰਵਿੰਗ ਕਰਨ ਤੋਂ ਬਾਅਦ ਇਹਨੂੰ ਰੱਖਿਆ ਜਾਂਦਾ ਹੈ ਪ੍ਰੀਜ਼ਰਵ ਕਰਨ ਵਾਸਤੇ ਕਿਉਂਕਿ ਇਹ ਡੈਲੀਕੇਟ ਹੈਗਾ ਟੁੱਟੇ ਨਾ ਉਸ ਤੋਂ ਬਾਅਦ ਫਿਰ ਇਹਦੇ ਪੇਂਟ ਹੁੰਦਾ ਜੀ ਬਿਲਕੁਲ ਜੀ ਤੇ ਤੁਸੀਂ ਕਿੱਥੇ ਵਜੋਂ ਕੀ ਕੰਮ ਕਰਦੇ ਹੋ ਇੱਧਰ ਸ਼ੌਂਕ ਕਿਵੇਂ ਆ ਇਹ ਲਾਈਨ ਕਿਵੇਂ ਜੁਣੀ ਮੈਂ ਕਿਤੇ ਵਜੋਂ ਤੁਸੀਂ ਗੱਲ ਕੀਤੀ ਹੈ ਤੇ ਮੈਂ professionally physical education ਦਾ ਟੀਚਰ ਹੈਗਾ ਪੰਜਾਬ ਦੇ ਵਿੱਚ government ਮੈਂ ਟੀਚਰ ਹੈਗਾ ਤੇ ਪਹਿਲਾਂ ਉਸ ਤੋਂ ਪਹਿਲਾਂ ਮੈਂ ਚੰਡੀਗੜ੍ਹ ਦੇ ਵਿੱਚ ਕਾਫੀ ਟਾਈਮ ਜੌਬ ਕੀਤੀ ਹੈ ਤੇ ਇੱਥੇ ਵਿੱਚ ਚੰਡੀਗੜ੍ਹ ਦੇ ਵਿੱਚ ਹੀ ਸੀਗਾ ਤੇ ਉਦੋਂ ਹੀ ਇਹ ਸਟਾਰਟ ਹੋਈ ਸੀ ਐਕਚੁਅਲੀ ਮੈਂ ਜਦੋਂ ਚੰਡੀਗੜ੍ਹ ਦੇ ਵਿੱਚ ਸਕੂਲ ਦੇ ਵਿੱਚ ਜੌਬ ਕਰਦਾ ਸੀਗਾ ਕਿਉਂਕਿ ਇੱਕ ਟੀਚਰ ਦਾ ਤੇ ਚੌਕ ਦਾ ਰਿਲੇਸ਼ਨ ਕਾਫੀ ਵੱਡਾ ਰਿਲੇਸ਼ਨ ਹੈਗਾ ਕਿਉਂਕਿ ਬੱਦ ਸਬ ਦਾ ਸਭ ਤੋਂ ਵੱਡਾ ਹਥਿਆਰ ਹੈਗਾ ਟੀਚਰ ਦਾ ਏ ਤੇ ਉਹਦੇ ਬਸ ਉਸੇ ਟਾਈਮ ਤੇ ਮੇਰੇ ਦਿਮਾਗ ਦੇ ਵਿੱਚ ਆਇਆ ਤੇ ਉਦੋਂ ਸਟਾਰਟ ਕੀਤਾ ਜੀ ਤੁਸੀਂ ਗੱਲ ਕੀਤੀ ਵੀ ਟੀਚਰ ਤੇ ਚੌਕ ਦਾ ਸਬੰਧ ਬੜਾ ਗਹਿਰਾ ਰਿਸ਼ਤ ਦਾ ਬਿਲਕੁਲ ਗਹਿਰਾ ਹੈਗਾ ਪਰ ਤੁਸੀਂ ਫਿਜ਼ੀਕਲ ਦੇ ਟੀਚਰ ਹੋ ਫਿਜ਼ੀਕਲ ਲੈ ਨੇ ਬਰੀਕੀ ਚੀਜ਼ਾਂ ਨਾਲ ਕਿਵੇਂ ਉਹ ਵਾਸਤਾ ਬਣ ਗਿਆ ਇਹਦੇ ਵਾਸਤੇ ਮੈਂ ਅਕਸਰ ਕਹਿੰਦਾ ਹੁੰਦਾ ਜੀ ਜਦੋਂ ਫਿਰ ਪ੍ਰਮਾਤਮਾ ਦੀ ਗੱਲ ਆਉਂਦੀ ਹੈ ਕਿ ਹੈ ਤਾਂ ਆਪੋਜ਼ਿਟ ਸੁਣਨ ਵਾਲੇ ਨੂੰ ਕਈ ਵਾਰ ਲੱਗਦਾ ਕਿ ਤੁਸੀ ਕਿਹ ਲੈ ਲਿਆ ਤਾਕਤ ਹੁੰਦੇ ਨੇ ਨਾ ਪੂਰਾ ਖਾਣ ਪੀਣ ਚ ਹੋਰ ਪੂਰਾ ਜੋਰ ਨਾਲ ਉਹ ਤਾਂ ਬਰੀਕੀ ਚੀਜ਼ਾਂ ਸੋਚਦੇ ਨਹੀਂ ਬਿਲਕੁਲ ਮੈਂ ਉਹੀ ਗੱਲ ਕਰਨਾ ਚਾਹੁੰਦਾ ਸੀਗਾ ਕਿ ਆਪੋਜ਼ਿਟ ਨੇ ਜ਼ਰੂਰ ਨੇ ਕਾਰਟ ਤੇ ਫਿਜ਼ੀਕਲ ਸਪੋਰਟਸ ਵਾਲੇ ਜਿਹੜੇ ਹੈਗੇ ਨਾ ਬਿਲਕੁਲ ਆਪੋਜ਼ਿਟ ਨੇ ਇੱਕ ਦੂਜੇ ਦੇ ਬਟ ਫਿਰ ਪ੍ਰਮਾਤਮਾ ਦੀ ਜਦੋਂ ਇੱਕ ਹੁਨਰ ਦੀ ਗੱਲ ਕਰਦੇ ਆ ਆਪਾਂ ਫਿਰ ਉਹ ਹੁਨਰ ਤੁਹਾਡਾ ਪ੍ਰੋਫੈਸ਼ਨ ਨਹੀਂ ਪੁੱਛਦਾ ਉਹ ਉਹ ਫਿਰ ਹੁਨਰ ਜਦੋਂ ਰੱਬ ਨੇ ਦੇਣਾ ਤੁਹਾਨੂੰ ਉਹ ਫਿਰ ਕੋਈ ਵੀ ਪ੍ਰੋਫੈਸ਼ਨਲੀ ਭਾਵੇਂ ਤੁਸੀਂ ਕੁਝ ਵੀ ਕਰਦੇ ਹੋ ਜਿਹੜੀ ਤੁਹਾਨੂੰ ਕਲਾ ਦੇਣੀ ਹੈ ਰੱਬ ਨੇ ਜਾਂ ਫਿਰ ਕੋਈ ਹੁਨਰ ਦੇਣਾ ਹੈ ਉਹ ਬਖਸ਼ ਦੇਣਾ ਉਹਨਾਂ ਨੇ ਆਪਣਾ ਜਿਹੜਾ ਤੁਹਾਡੇ ਕੋਲ ਆ ਹੀ ਜਾਣੀ ਹੈ ਉਹ ਚੀਜ਼ ਚਾਹੇ ਤੁਸੀਂ ਚਾਹੋ ਚਾਹੇ ਨਾ ਚਾਹੋ ਤੁਸੀਂ ਕਿਹੜੇ ਕਿਹੜੇ ਕਲਾ ਇਹਦੇ ਨਾਲ ਰਾਹੀਂ ਸਾਨੂੰ ਸਾਡੇ ਦਰਸ਼ਕਾਂ ਨੂੰ ਜਰੂਰ ਦੱਸੋ ਵੀ ਤੁਸੀਂ ਜਿਨ੍ਹਾਂ ਜਿਨ੍ਹਾਂ ਨੇ ਤਸਵੀਰਾਂ ਬਣਾਈਆਂ ਹੈਗੀਆਂ ਅ ਇਧਰ ਤੁਸੀਂ ਦੇਖ ਸਕਦੇ ਹੋ ਜੀ ਸਭ ਤੋਂ ਪਹਿਲਾਂ ਸਾਡੇ ਬਾਲੀਵੁੱਡ ਦੇ ਜਿਹੜੇ ਅਮਿਤਾਬ ਬੱਚਨ ਜੀ ਹੈਗੇ ਨੇ ਰਜਨੀਕਾਂਤ ਰਹਿਗੇ ਨੇ ਤੇ ਆਪਣੇ ਸਿਰ ਅ ਅਸੀਂ ਬੀ ਆਰ ਅੰਬੇਡਕਰ ਜੀ ਸਾਡੇ ਜਿਹੜੇ ਸੰਵਿਧਾਨ ਦੇ ਰਚੇਤਾ ਹੈਗੇ ਨੇ ਫਿਰ ਉਸ ਤੋਂ ਬਾਅਦ ਆਪਣੇ ਅਬਦੁਲ ਕਲਾਮ ਜੀ ਤੇ ਉਸ ਤੋਂ ਬਾਅਦ ਰਾਧਾ ਕ੍ਰਿਸ਼ਨ ਡਾਕਟਰ ਰਾਧਾ ਕ੍ਰਿਸ਼ਨ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਉਸ ਤੋਂ ਬਾਅਦ ਲਤਾ ਮੰਗੇਸ਼ਕਰ ਪੰਜਾਬ ਤੋਂ ਦੀਪ ਸਿੱਧੂ ਜੀ ਫਿਰ ਇਹ ਦੀਪ ਸਿੱਧੂ ਜੀ ਇਹ ਲਤਾ ਮੰਗੇਸ਼ਕਰ ਜੀ ਦੀਪ ਸਿੱਧੂ ਪੰਜਾਬ ਤੋਂ ਜਿਹੜੇ ਸਾਡੇ ਪਰਸਨੈਲਿਟੀ ਸੀਗੀ ਤੇ ਉਸ ਤੋਂ ਬਾਅਦ ਰਾਧਾ ਕ੍ਰਿਸ਼ਨ ਜਿਹੜੇ ਰਿਲੀਜੀਅਸ ਕੈਰੈਕਟਰ ਮੈਂ ਬਣਾਉਣ ਦੀ ਕੋਸ਼ਿਸ਼ ਕੀਤੀ ਰਾਧਾ ਕ੍ਰਿਸ਼ਨ ਜੀ ਹਨੂਮਾਨ ਜੀ ਗਣੇਸ਼ ਜੀ ਤੇ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਇੱਕ ਕਲਾਕ੍ਰਿਤੀ ਘੜੀ ਗਈ ਹੈ ਇੱਥੇ ਤੇ ਇਹ ਤੁਸੀਂ ਤਾਂ ਇਹ ਤਾਂ ਹਿਊਮਨ ਹੋਗੇ ਜਾਂ ਸਾਰੇ ਜਿਹੜੇ ਗੁਰੂ ਪੀਰ ਪਗੰਬਰ ਆ ਉਹ ਉਹ ਜਿਹੜੇ ਚਰਚਿਤ ਚਿਹਰੇ ਰਹੇ ਆ ਇਸ ਭਾਰਤੀ ਸਮਾਜ ਦੇ ਅੰਦਰ ਤੇ ਉਹ ਤੋਂ ਬਿਨਾ ਹੋਰ ਤੁਸੀਂ ਕਿਨੂੰ ਕਿਨੂੰ ਕੀ ਕੀ ਬਣਾਇਆ ਹੈਗਾ ਮੈਂ ਦੱਸਿਆ ਜਿੱਦਾਂ ਇਹ ਅਲੱਗ-ਅਲੱਗ ਪਰਸਨੈਲਿਟੀਆਂ ਹੈਗੀਆਂ ਜਿਹੜੀਆਂ ਇਹ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਦਾਂ ਅਮਿਤਾਬਚਨ ਜੀ ਮੈਂ ਦੱਸੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਤੇ ਅਲੱਗ-ਅਲੱਗ ਜਿਹੜੀ ਜੋ ਵੀ ਮਤਲਬ ਕਿ ਲੱਗਿਆ ਮੈਨੂੰ ਸਮਾਜ ਦੇ ਵਿੱਚ ਫੇਮਸ ਜਿਹੜੀ ਪਰਸਨੈਲਿਟੀ ਹੈ ਜਿਨ੍ਹਾਂ ਤੇ ਕੰਮ ਕੀਤਾ ਜਾ ਸਕਦਾ ਕਿ ਮਾਈਂਡ ਦੇ ਵਿੱਚ ਵਿਚਾਰ ਕੋਈ ਵੀ ਆਇਆ ਫਿਰ ਮੈਂ ਉਸ ਵਿਚਾਰ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜੀ ਹਾਂ ਦਾ ਕੱਪ ਹੀ ਬਣਾਇਆ ਹੋਇਆ ਤੁਸੀਂ ਹਾਂਜੀ ਹਾਂਜੀ ਬਿਲਕੁਲ ਦੇਖ ਸਕਦੇ ਹੋ ਤੁਸੀਂ ਚਾਹ ਦਾ ਕੱਪ ਇੱਕ ਪਲੇਟ ਲੱਗ ਹੈ ਤੇ ਕੱਪ ਲੱਗਾ ਮੈਂ ਹੁਣ ਚੱਕ ਕੇ ਤੁਹਾਨੂੰ ਦਿਖਾਵਾਂ ਜੇ ਇਹਨੂੰ ਬਿਲਕੁਲ ਅਲੱਗ-ਅਲੱਗ ਹੈਗੇ ਨਹੀਂ ਇਹ ਚਾਦ ਕੱਪ ਪਲੇਟ ਹੈਗਾ ਇਹ ਬਣਾਇਆ ਵਾ ਤੇ ਇਹ ਜਿਹੜੀ ਅਲੱਗ-ਅਲੱਗ ਤਰ੍ਹਾਂ ਦੀ ਕਲਾਕ੍ਰਿਤੀਆਂ ਨੇ ਇੱਥੇ ਸੰਗਲ ਸੰਗਲ ਵੀ ਬੜਾ ਬਣਾਇਆ ਵਧੀਆ ਜੀ ਇਹ ਸੰਗਲ ਪਈ ਹੋਈ ਹੈ ਜੀ ਇਹ ਬਿਲਕੁਲ ਵਿਦਆਊਟ ਜੋਇੰਟ ਹੈ ਇਹਦੇ ਵਿੱਚ ਕੋਈ ਵੀ ਜੋਇੰਟ ਨਹੀਂ ਹੈਗਾ ਅ ਅਲੱਗ-ਅਲੱਗ ਇਹ ਇੱਕੋ ਪੀਸ ਤੇ ਬਣੀ ਹੋਈ ਹੈ ਜੀ ਸਿੰਗਲ ਪੀਸ ਤੇ ਹਮ ਇੱਕ ਫੁੱਲ ਕਿਹੜੇ-ਕਿਹੜੇ ਬਣਾਏ ਆ ਜੀ ਫੁੱਲ ਜੀ ਇਹ ਇਧਰ ਇਹ ਫਲਾਰ ਪੋਟ ਬਣਾਇਆ ਹੋਇਆ ਪੂਰਾ ਦੇਖ ਸਕਦੇ ਹੋ ਤੁਸੀਂ ਕਿ ਹਮ ਇਹ ਫਲਾਰ ਬੋਰਡ ਬਣਾਇਆ ਹੋਇਆ ਪੂਰਾ ਅਲੱਗ ਫਲਾਰ ਬੋਰਡ ਬਣਾਇਆ ਹੋਇਆ ਜੀ ਇਹ ਪੋਟ ਅਲੱਗ ਹੈਗਾ ਇਹਦਾ ਤੇ ਫਲਾਰਸ ਜਿਹੜੇ ਹੈਗੇ ਨੇ ਉਹ ਅਲੱਗ ਹੈਗੇ ਨੇ ਇਹ ਇਦਾਂ ਹੀ ਬਣਾਏ ਹੋਏ ਨੇ ਹੋਰ ਇਹਦੇ ਨਾਲ ਜਿੱਦਾਂ ਦੇਖ ਸਕਦੇ ਹੋ ਤੁਸੀਂ ਇਹ ਗੁਲਾਬ ਦੇ ਫੁੱਲ ਬਣਾਏ ਹੋਏ ਨੇ ਹੋਰ ਮਤਲਬ ਹਰ ਕਲਰ ਦਾ ਤੁਹਾਨੂੰ ਇੱਥੇ ਗੁਲਾਬ ਦਾ ਫੁੱਲ ਮਿਲੇਗਾ ਤੇ ਇਦਾਂ ਦੇ ਅਲੱਗ-ਅਲੱਗ ਹੋਰ ਵੀ ਡਿਜ਼ਾਈਨਸ ਨੇ ਜਿਦਾਂ ਇਹ ਦੇਖ ਸਕਦੇ ਹੋ ਤੁਸੀਂ ਇਹ ਚੌਕ ਨੂੰ ਕਾਰਵਿੰਗ ਕਰਕੇ ਅਲੱਗ ਇੱਕ ਡਿਜ਼ਾਈਨ ਬਣਾ ਕੇ ਕੋਸ਼ਿਸ਼ ਕੀਤੀ ਗਈ ਹੈ ਤੇ ਇੱਥੇ ਦੇਖੋਗੇ ਤੁਸੀਂ ਇਹ ਚੌਕ ਨੂੰ ਪੂਰੀ ਤਰ੍ਹਾਂ ਤੋਂ ਹੋਲੋ ਕੀਤਾ ਗਿਆ ਖਾਲੀ ਕਰਕੇ ਪੂਰੀ ਤਰ੍ਹਾਂ ਤੋਂ ਇਹ ਡਿਜ਼ਾਈਨ ਬਣਾਇਆ ਗਿਆ ਹਾਂਜੀ ਬਹੁਤ ਕੁਝ ਇਦਾਂ ਦਾ ਅਲੱਗ-ਅਲੱਗ ਮਤਲਬ ਕੋਸ਼ਿਸ਼ ਕੀਤੀ ਗਈ ਹੈ ਕਿ ਜਿੰਨਾ ਕੁ ਮੈਕਸਿਮਮ ਕੰਮ ਇੱਕ ਚੌਕ ਦੇ ਪੀਸ ਤੇ ਕੀਤਾ ਜਾ ਸਕੇ ਇਹ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸੀ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਲੈ ਕੇ ਜਾਂ ਕੋਈ ਸੇ ਵੱਡੇ ਫੰਕਸ਼ਨ ਤੇ ਭਾਰਤ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਕਿਤੇ ਜਾਣ ਦੀ ਕੋਸ਼ਿਸ਼ ਕੀਤੀ ਕਲਾ ਜਿਹੜੀ ਤੁਹਾਡੀ ਹੈ ਕਲਾ ਨੂੰ ਕਿਥੇ ਤੱਕ ਲੈ ਕੇ ਗਏ ਹੋ ਜਾਂ ਕਲਾ ਨੂੰ ਸਾਡੀਆਂ ਸਰਕਾਰਾਂ ਨੇ ਸਾਡੇ ਸਿਸਟਮ ਨੇ ਮਾਨਤਾ ਦਿੱਤੀ ਕਿਤੇ ਅਹ ਦੇਖੋ ਮੈਂ ਚੰਡੀਗੜ੍ਹ ਦੇ ਵਿੱਚ ਹੀ ਰਿਹਾ ਮੋਸਟਲੀ ਵੈਸੇ ਹੁਣ ਮੈਂ ਪੰਜਾਬ ਦੇ ਵਿੱਚ ਰਹਿ ਮੈਂ ਚੰਡੀਗੜ੍ਹ ਦੇ ਵਿੱਚ ਹੀ ਰਿਹਾ ਵੈਸੇ ਜੌਬ ਮੇਰੀ ਪੰਜਾਬ ਦੇ ਵਿੱਚ ਹੈਗੀ ਆ ਪਰ ਮੈਂ ਜਦੋਂ ਮੈਂ ਚੰਡੀਗੜ੍ਹ ਦੇ ਵਿੱਚ ਮੈਂ ਐਗਜ਼ੀਬਿਸ਼ਨਸ ਕੀਤੀਆਂ ਨੇ ਬਹੁਤ ਚੰਡੀਗੜ੍ਹ ਦੀ ਜਿਹੜੀ ਲੋਕਲ ਐਗਜ਼ੀਬਿਸ਼ਨਸ ਦੇ ਵਿੱਚ ਮੈਂ ਸੱਤ ਅਟ ਐਗਜ਼ੀਬਿਸ਼ਨ ਕੀਤੀ ਨੇ ਨੈਸ਼ਨਲ ਲੈਵਲ ਤੇ ਵੀ ਮੈਂ ਜਾ ਕੇ ਕੰਮ ਕੀਤਾ ਐਗਜ਼ੀਬਿਸ਼ਨ ਲਗਾਉਣ ਦਾ ਮੌਕਾ ਮਿਲਿਆ ਮੈਨੂੰ ਐਨਜीडीसीसी ਵੱਲੋਂ ਸੰਸਕਾਰ ਭਰਤੀ ਚੰਡੀਗੜ੍ਹ ਤੇ ਇਹਨਾਂ ਨੇ ਮੈਨੂੰ ਇੱਕ ਪਲੈਟਫਾਰਮ ਦਿੱਤਾ ਸੀਗਾ ਉਸ ਤੋਂ ਬਾਅਦ ਜੇ ਆਪਾਂ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੀਏ ਜਾਂ ਫਿਰ ਹਲੇ ਪੰਜਾਬ ਦੇ ਕਿਸੇ ਐਡਮਿਨਿਸਟ੍ਰੇਸ਼ਨ ਦੀ ਗੱਲ ਕਰੇ ਹਲੇ ਤੱਕ ਕਿਸੇ ਐਦਾਂ ਦਾ ਕੋਈ ਪਲੈਟਫਾਰਮ ਮੈਨੂੰ ਨਹੀਂ ਮਿਲਿਆ ਹਲੇ ਤੱਕ ਅੱਛਾ ਜੀ ਤੇ ਅੱਗੇ ਤੁਸੀਂ ਹੁਣ ਇਹ ਤੋਂ ਬਾਅਦ ਕੀ ਪਲਾਨ ਕਰ ਰਹੇ ਹੋ ਕਿ ਕੀ ਕਿਹਨੂੰ ਬਣਾ ਰਹੇ ਹੋ ਹਲੇ ਮਾਈਂਡ ਦੇ ਵਿੱਚ ਆ ਰਿਹਾ ਸੀਗਾ ਕਿ ਜੇ ਨਵੇਂ-ਨਵੇਂ ਸਾਡੇ ਮੁੱਖ ਮੰਤਰੀ ਬਣੇ ਨੇ ਜਿਹੜੇ ਉਹਨਾਂ ਦੇ ਬਾਰੇ ਭਗਵੰਤ ਜੀ ਬਾਰੇ ਮੈਂ ਸੋਚ ਰਿਹਾ ਸੀਗਾ ਕਿ ਉਹਨਾਂ ਦੇ ਇੱਕ ਅਲੱਗ ਰੀਤੀ ਘੜੀ ਜਾਏ ਉਹ ਭਗਵੰਤ ਮਾਨ ਜੀ ਦੀ ਫਿਰ ਪੱਗ ਨਾਲ ਜਿਹੜੀ ਹੈਗੀ ਆ ਫੋਟੋ ਉਹਵੇਂ ਦਾ ਬਣਾਉਂਗੇ ਬਿਲਕੁਲ ਬਿਲਕੁਲ ਜੀ ਕੋਸ਼ਿਸ਼ ਰਹੇਗੀ ਪੂਰੀ ਜਿਹੜੇ ਫੀਚਰਸ ਨੇ ਜਿਹੜੇ ਉਹਨਾਂ ਦੀ ਲੁੱਕ ਹੈਗੀ ਐ ਉਹ ਪੂਰੀ ਪੱਗ ਦੇ ਨਾਲ ਜਿਹੜੀ ਅੱਜ ਕੱਲ ਬੜੀ ਫੇਮਸ ਉਹਨਾਂ ਦੇ ਚਰਚਿਤ ਪੱਗ ਹੈਗੀ ਐ ਤੇ ਉਹਦੇ ਨਾਲ ਹੀ ਮੈਂ ਕੋਸ਼ਿਸ਼ ਕਰਾਂਗਾ ਜ਼ਰੂਰ ਬਣਾਉਣ ਦੀ ਜੀ ਤੇ ਇਹ ਤੋਂ ਇਹ ਤੋਂ ਇਲਾਵਾ ਤੁਸੀਂ ਹੋਰ ਤੁਹਾਡੇ ਕੋਲ ਬੱਚੇ ਜਾਂ ਹੋਰ ਕੋਈ ਸਿੱਖਣ ਲਈ ਆਉਂਦਾ ਕੰਮ ਵੀ ਅੱਗੇ ਜਿਹੜੀ ਕਿਉਂਕਿ ਜਿਹੜੀ ਤੁਹਾਡੀ ਪੀੜ੍ਹੀ ਹੈ ਇਹ ਕਲਾ ਵਾਲੀ ਪੀੜ੍ਹੀ ਹੈਗੀ ਹੈ ਇਹਨੂੰ ਅੱਗੇ ਤੋਰਨ ਲਈ ਯਤਨ ਕਰ ਰਹੇ ਹਾਂ ਜਾਂ ਬੱਚਿਆਂ ਨੂੰ ਸਿੱਖਿਆ ਦੇ ਰਹੇ ਮੈਂ ਐਗਜ਼ੀਬਿਸ਼ਨਸ ਦੇ ਨਾਲ-ਨਾਲ ਵਰਕਸ਼ਾਪ ਵੀ ਕੀਤੀਆਂ ਨੇ ਜੀ ਸਕੂਲਸ ਦੇ ਵਿੱਚ ਜਿੱਦਾਂ ਮੌਕਾ ਮਿਲਦਾ ਮੈਨੂੰ ਸਟੂਡੈਂਟਸ ਦੇ ਨਾਲ ਇਹ ਚੀਜ਼ ਨੂੰ ਲੈ ਕੇ ਜਾਣ ਦਿਖਾਣ ਦਾ ਉਹਨਾਂ ਨੂੰ ਤੇ ਮੌਕਾ ਮਿਲਦਾ ਮੈਨੂੰ ਤਾਂ ਮੈਂ ਜ਼ਰੂਰ ਕਰਦਾ ਜਾਂ ਫਿਰ ਕੋਈ ਬੱਚਾ ਸਿੱਖਣਾ ਚਾਹੁੰਦਾ ਮੇਰੇ ਜਿੱਦਾਂ ਸਟੂਡੈਂਟਸ ਨੇ ਉਹਨਾਂ ਨੇ ਕਾਫੀ ਨੇ ਸਟਾਰਟ ਵੀ ਕੀਤਾ ਹੈ ਕਰਕੇ ਵੀ ਦਿੱਤਾ ਮੇਰੇ ਕਲੀਗ ਸਿਗੇ ਇੱਥੇ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਵੀ ਕੀਤਾ ਤੇ ਜੇ ਕੋਈ ਮਤਲਬ ਕੋਈ ਚਾਹੁੰਦਾ ਏਦਾਂ ਸਿੱਖਣਾ ਤਾਂ ਮੈਂ ਹਮੇਸ਼ਾ ਅਵੇਲੇਬਲ ਹੈਗਾ ਤੇ ਕੋਸ਼ਿਸ਼ ਕਰਦਾ ਕਿ ਕਿਉਂਕਿ ਇਹ ਚੀਜ਼ ਰਹਿਣੀ ਚਾਹੀਦੀ ਹੈ ਹਮੇਸ਼ਾ ਕਿ ਇੱਕ ਕਲਾ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਚੌਕ ਨੂੰ ਆਪਾਂ ਏਦਾਂ ਯੂਜ਼ ਕਰ ਸਕਦੇ ਹਾਂ ਕਲਾਕ੍ਰਿਤੀ ਘੜ ਸਕਦੇ ਹਾਂ ਚੌਕ ਦੇ ਉੱਪਰ ਜਾਂ ਕਲਾ ਦੇ ਫੀਲਡ ਦੇ ਵਿੱਚ ਵੀ ਇੱਕ ਚੌਕ ਨੂੰ ਇੱਕ ਅਲੱਗ ਮੁਕਾਮ ਤੇ ਲੈ ਕੇ ਜਾਇਆ ਜਾ ਸਕਦਾ ਹੈ ਤੇ ਹੋ ਸਕਦਾ ਕੋਈ ਮੈਨੂੰ ਦੇਖ ਕੇ ਜਾਂ ਮੇਰੇ ਕਲਾਕ੍ਰਿਤੀਆਂ ਦੇਖ ਕੇ ਕੋਈ ਹੋਰ ਨਵਾਂ ਕੁਝ ਪੇਸ਼ ਕਰ ਦੇਵੇ ਤਾਂ ਇੱਕ ਚਾਹ ਜ਼ਰੂਰ ਹੈਗੀ ਹੈ ਜਾਂ ਕਦੇ ਮੌਕਾ ਮਿਲਿਆ ਤਾਂ ਮੈਂ ਇਦਾਂ ਦਾ ਹੀ ਆਪਣੇ ਲੈਵਲ ਤੇ ਜ਼ਰੂਰ ਕਲਾਸਿਸ ਵੀ ਸਟਾਰਟ ਕਰਾਂਗਾ ਜਾਂ ਫਿਰ ਜਿੰਨਾ ਹੋ ਸਕਦਾ ਇਸ ਚੌਕ ਨੂੰ ਮੈਂ ਕਿਉਂਕਿ ਬਹੁਤ ਕੁਝ ਮੈਨੂੰ ਬਣਾਉਂਦੇ ਬਣਾਉਂਦੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਚੌਕ ਦੇ ਥਰੂ ਤੇ ਮੈਂ ਕੋਸ਼ਿਸ਼ ਇਹੀ ਹੈ ਕਿ ਇਹਨੂੰ ਕੰਟੀਨਿਊ ਰੱਖਾਂ ਤੇ ਕੁਝ ਸਮਾਜ ਦੇ ਲਈ ਵੀ ਚੰਗਾ ਕਰ ਪਾਵਾਂ ਸਮਾਜ ਦੇ ਸਮਾਜ ਨੂੰ ਇਹਦੇ ਰਿਗਾਰਡਿੰਗ ਕਿਉਂਕਿ ਮੈਂ ਕੋਸ਼ਿਸ਼ ਕਰਦਾ ਜਿੱਦਾਂ ਸਾਡੇ ਸਮਾਜ ਦੇ ਵਿੱਚ ਕੋਈ ਵੀ ਇਵੈਂਟ ਹੁੰਦਾ ਜਿੱਦਾਂ ਕੋਈ ਕਿਸੇ ਨੂੰ ਕੋਈ ਜਿੱਦਾਂ ਹੁਣ ਪਿੱਛੇ ਕਰੋਨਾ ਕਾਲ ਚੱਲਿਆ ਸੀਗਾ ਹਨਾ ਕਰੋਨਾ ਦੇ ਵਿੱਚ ਮੈਂ ਕੋਸ਼ਿਸ਼ ਕੀਤੀ ਕਿ ਕੋਈ ਨਾ ਕੋਈ ਮੈਸੇਜ ਜ਼ਰੂਰ ਦਿੱਤਾ ਜਾਵੇ ਪਬਲੀਕਲੀ ਕੋਈ ਮੈਸੇਜ ਦਿੱਤਾ ਜਾਵੇ ਤਾਂ ਉਹਨਾਂ ਨੂੰ ਮੈਂ ਕੋਸ਼ਿਸ਼ ਕੀਤੀ ਕਿ ਕੁਝ ਐਦਾਂ ਦੀ ਕਲਾ ਕਰੀਤियां ਘੜੀ ਜਾਣ ਮੈਸੇਜ ਦੇ ਕੇ ਕਿੱਤਾ ਜਾਵੇ ਤਾਂ ਇਹ ਕੰਟੀਨਿਊ ਰਹੇਗਾ ਜੀ ਜਦੋਂ ਤੱਕ ਹੂੰ ਕਰੋਨਾ ਦੇ ਵਿੱਚ ਫਿਰ ਤੁਸੀਂ ਕੀ ਮੈਸੇਜ ਦਿੱਤਾ ਮੈਂ ਜਿੱਦਾਂ ਜਿਹੜੀ ਫਰੰਟ ਲਾਈਨ ਟੀਮ ਸੀਗੀ ਸਾਡੀ ਉਹਨਾਂ ਨੂੰ ਮੈਸੇਜ ਦਿੱਤਾ ਕਿ ਉਹਨਾਂ ਉਹਨਾਂ ਨੇ ਸਾਡੇ ਵਾਸਤੇ ਬਹੁਤ ਕੁਝ ਕੀਤਾ ਉਸ ਟਾਈਮ ਤੇ ਕਿਉਂਕਿ ਉਹ ਦੌਰਾਨ ਪਹਿਲਾ ਸਮਾਂ ਸੀਗਾ ਇਦਾਂ ਦਾ ਬਹੁਤ ਮਤਲਬ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ ਵੀ ਇਦਾਂ ਹੋਏਗਾ ਤਾਂ ਫਰੰਟ ਲਾਈਨ ਦੇ ਵਿੱਚ ਜਿਹੜੇ ਵਰਕਰ ਨੇ ਸਾਡੇ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਮੈਂ ਇੱਕ ਥੈਂਕਸ ਦਾ ਮੈਸੇਜ ਦਿੱਤਾ ਸੀਗਾ ਉਹਨਾਂ ਨੂੰ ਥੈਂਕਸ ਕੀਤਾ ਸੀਗਾ ਫਿਰ ਲੋਕਾਂ ਨੂੰ ਘਰੇ ਰਹਿਣ ਦੀ ਅਪੀਲ ਕੀਤੀ ਸੀਗੀ ਸਟੇ ਐਟ ਹੋਮ ਦੀ ਅਪੀਲ ਕੀਤੀ ਸੀਗੀ ਫਿਰ ਬਲੱਡ ਡੋਨੇਸ਼ਨ ਦੇ ਮੈਂ ਕਾਫੀ ਇਦਾਂ ਕੀਤਾ ਇੰਟਰਨੈਸ਼ਨਲ ਯੋਗਾ ਡੇ ਤੇ ਤੁਸੀਂ ਕਲਾਕ੍ਰਿਤੀਆਂ ਦੇਖ ਸਕਦੇ ਹੋ ਇੱਥੇ ਪਈਆਂ ਨੇ ਤੇ ਉਹ ਇਦਾਂ ਦੀ ਮਤਲਬ ਕਿ ਜੋ ਵੀ ਕੋਈ ਇਵੈਂਟ ਹੁੰਦਾ ਏਦਾਂ ਸਮਾਜ ਦੇ ਵਿੱਚ ਤਾਂ ਮੈਂ ਕੋਸ਼ਿਸ਼ ਕਰਦਾ ਕਿ ਕੁਝ ਨਾ ਕੁਝ ਜ਼ਰੂਰ ਕੀਤਾ ਜਾਵੇ। ਬਲਰਾਜ ਜੀ ਚੌਕ ਤੋਂ ਇਲਾਵਾ ਤੁਸੀਂ ਕਿਸੇ ਹੋਰ ਚੀਜ਼ ਦੇ ਉੱਤੇ ਇਹ ਆਪਣੀ ਕਲਾ ਦਾ ਜੋਹਰ ਦਿਖਾਇਆ? ਹਾਂਜੀ ਮੈਂ ਪਿੱਛੇ ਜੀ ਕੋਸ਼ਿਸ਼ ਕੀਤੀ ਜੀ ਕਿਉਂਕਿ ਚੌਕ 'ਦੋ ਕੰਮ ਕਰਦੇ ਨੂੰ ਬਹੁਤ ਟਾਈਮ ਹੋ ਗਿਆ ਸੀਗਾ ਤੇ ਇੱਕ ਦਿਨ ਬੈਠੇ-ਬੈਠੇ ਮੈਂ ਬਦਾਮ ਖਾ ਰਿਆ ਸੀਗਾ ਜੀ ਘਰੇ ਬੈਠੇ-ਬੈਠੇ ਤੇ ਉਹ ਬਦਾਮ ਤੇ ਮੈਨੇ ਖਾਂਦੇ-ਖਾਂਦੇ ਇੱਕ ਵਿਚਾਰ ਆਇਆ ਦਿਮਾਗ ਦੇ ਵਿੱਚ ਕਿ ਇਹਨੂੰ ਘੜ ਕੇ ਦੇਖੀਏ। ਤਾਂ ਮੈਂ ਆਪਣੇ ਟੂਲ ਚੱਕੇ ਜੀ ਤੇ ਫਿਰ ਮੈਂ ਉਹਦੇ ਤੇ ਕਾਰਵਿੰਗ ਕੀਤੀ ਤੇ ਇੱਕ ਫੇਸ ਘੜਤਾ ਮੈਂ ਤੇ ਬਦਾਮ ਤੇ ਫਿਰ ਮੈਂ 2-3 ਫੇਸ ਅਲੱਗ-ਅਲੱਗ ਇੱਥੇ ਪਏ ਨੇ ਘੜ ਕੇ ਕੋਸ਼ਿਸ਼ ਕੀਤੀ ਘੜਨ ਦੀ ਫਿਰ ਉਸ ਤੋਂ ਬਾਅਦ ਸੇਮ ਇਨਸੀਡੈਂਟ ਮੂੰਗਫਲੀ ਦੇ ਨਾਲ ਹੋਇਆ ਤੇ ਮੈਂ ਇੱਕ ਮੂੰਗਫਲੀ ਦੇ ਪੀਸ ਤੇ ਵੀ ਇੱਕ ਹਿਊਮਨ ਫੇਸ ਘੜਨ ਦੀ ਕੋਸ਼ਿਸ਼ ਕੀਤੀ ਜੀ ਦਿਖਾਵਾਂਗੇ ਸਾਨੂੰ ਕਿੱਥੇ ਹਾਂਜੀ ਹਾਂਜੀ ਬਿਲਕੁਲ ਇਹ ਦੇਖ ਸਕਦੇ ਤੁਸੀਂ ਇਹ ਜਿਹੜੇ ਬਦਾਮ ਤੇ ਪੀਸ ਪਏ ਨੇ ਇਹ ਬਦਾਮ ਵਾਲੇ ਪਏ ਨੇ ਜੀ ਇਹ ਤਿੰਨ ਇਹ ਗਣੇਸ਼ ਜੀ ਦਾ ਫੇਸ ਘੜਿਆ ਸੀਗਾ ਹਾਂਜੀ ਇਹ ਤਿੰਨ ਬਦਾਮ ਤੇ ਹੈਗੇ ਨੇ ਤੇ ਜਿਹੜਾ ਛੋਟਾ ਜਿਹਾ ਬਿਲਕੁਲ ਪਿਆ ਹੈਗਾ ਇਹ ਜਿਹੜਾ ਹੈਗਾ ਮੂੰਗਫਲੀ ਦਾ ਹੈਗਾ ਜੀ ਪੀਸ ਅੱਜ ਕੱਲ ਨਿਗਾ ਜਿਹੜੀ ਹੈ ਬਹੁਤ ਘੱਟ ਰਹੀ ਹੈ ਲੋਕਾਂ ਦੀ ਤੇ ਬੀਬੀਆਂ ਖਾਸ ਕਰਕੇ ਜਿਵੇਂ ਸੂਈ ਦੇ ਵਿੱਚ ਤਾਗਾ ਪਾ ਕੇ ਜਦੋਂ ਆਪਾਂ ਦੇ ਦੇ ਪਤਾ ਲੱਗ ਜਾਂਦਾ ਵੀ ਨਿਗਾ ਹੈਗੀ ਹੈ ਕਿ ਨਹੀਂ ਹਨਾ ਤਾਂ ਤੁਹਾਡਾ ਕੰਮ ਉਦੋਂ ਵੀ ਡੀਪਲੀ ਹੈਗਾ ਬਹੁਤ ਬਰੀਕੀ ਨਾਲ ਤੁਸੀਂ ਦੇਖਦੇ ਹੋ ਤੁਹਾਡੀ ਨਿਗਾ ਠੀਕ ਹੈ ਹਾਂ ਹਾਂਜੀ ਨਿਗਾ ਹਲੇ ਤੱਕ ਤਾਂ ਪ੍ਰਮਾਤਮਾ ਦਾ ਸ਼ੁਕਰ ਹੈਗਾ ਕਿ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਨਿਗਾ ਤਾਂ ਹਾਂਜੀ ਬਿਲਕੁਲ ਨਾਰਮਲ ਹੈਗਾ ਮਤਲਬ ਕਿ ਜਿੱਦਾਂ ਮੈਂ ਪਹਿਲਾਂ ਕੰਮ ਕਰਦਾ ਸੀਗਾ ਉਦਾਂ ਹੀ ਹਲੇ ਤੱਕ ਤਾਂ ਕੋਈ ਦਿੱਕਤ ਹੈ ਨਹੀਂ ਐ ਤੇ ਇਹੀ ਚਾਹਾਂਗਾ ਕਿ ਹਲੇ ਅੱਗੇ ਵੀ ਕਦੇ ਨਾ ਹੋਵੇ ਤਾਂ ਕਿਉਂਕਿ ਮੇ ਵੀ ਸ਼ਾਇਦ ਕਈ ਵਾਰ ਇਦਾਂ ਹੁੰਦਾ ਕਿ ਆਪਾਂ ਜੋ ਕੰਮ ਕਰਦੇ ਆਂ ਤੇ ਉਹ ਉਦਾਂ ਦੀ ਢਲ ਜਾਂਦੀਆਂ ਆਂ ਅੱਖਾਂ ਸ਼ਾਇਦ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਇਹ ਕੰਮ ਹੋਣਾ ਹੈ ਤੇ ਚੱਲੀ ਜਾਣਾ ਤਾਂ ਹਲੇ ਤੱਕ ਕੋਈ ਵੀ ਮੈਨੂੰ ਪ੍ਰੋਬਲਮ ਨਹੀਂ ਹੈਗੀ ਤੁਸੀਂ ਭਗਵਾਨਤਮਨ ਜੀ ਦਾ ਹੁਣੇ ਬਣਾਓ ਫਿਰ ਆਪਾਂ ਉਹਨਾਂ ਤੱਕ ਦੇ ਕੇ ਆਵਾਂਗੇ ਜਾ ਕੇ ਬਿਲਕੁਲ ਜੀ ਬਿਲਕੁਲ ਮੈਂ ਇਹੀ ਚਾਹ ਹੈਗੀ ਕਿ ਉਹਨਾਂ ਤੱਕ ਜਰੂਰ ਪਹੁੰਚੇ ਮੈਂ ਜਰੂਰ ਬਣਾਵਾਗਾ ਥੋੜੇ ਦਿਨਾਂ ਦੇ ਵਿੱਚ ਹੀ ਦੇਖਣ ਨੂੰ ਜਰੂਰ ਮਿਲੇਗਾ ਤੁਹਾਨੂੰ ਹੂੰ ਜੀ ਸੋ ਤੁਸੀਂ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਜਿਹੜੇ ਤੁਹਾਨੂੰ ਗਲੋਬਲ ਪੰਜਾਬ ਟੀਵੀ ਦੇ ਮਾਧਿਅਮ ਰਾਹੀਂ ਦੇਖ ਰਹੇ ਨੇ ਮੈਂ ਮੈਸੇਜ ਦੇਣ ਦੇ ਲਾਇਕ ਸ਼ਾਇਦ ਆਪਣੇ ਆਪ ਨੂੰ ਇੱਕ ਪਰ ਜਰੂਰ ਤੁਸੀਂ ਇੱਕ ਸਵਾਲ ਪੁੱਛਿਆ ਤੇ ਮੈਂ ਜਰੂਰ ਇਸ ਇੱਕ ਐਜ਼ ਐਨ ਟੀਚਰ ਮੈਂ ਆਰਟਿਸਟ ਤੁਸੀਂ ਕਹਿ ਲਓ ਹੈ ਨਾ ਇੱਕ ਸਮਾਜ ਨੂੰ ਮੈਸੇਜ ਇਹੀ ਰਹੇਗਾ ਕਿ ਸਾਡੇ ਸਮਾਜ ਦੇ ਵਿੱਚ ਜਿਹੜੀ ਚੀਜ਼ਾਂ ਹੈਗੀਆਂ ਨੇ ਕਿਉਂਕਿ ਬਹੁਤ ਕੁਝ 네ਗੇਟਿਵ ਹੈ ਸਾਡੇ ਸਮਾਜ ਦੇ ਵਿੱਚ ਤੇ ਸਾਨੂੰ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਕਿ ਚੰਗਾ ਕੁਝ ਨਾ ਕੁਝ ਜ਼ਰੂਰ ਕਰਨਾ ਚਾਹੀਦਾ ਕੁਝ ਹਟਕੇ ਕਰਨ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ ਜਿਹਦੇ ਨਾਲ ਸਮਾਜ ਨੂੰ ਕੋਈ ਸੇਧ ਮਿਲੇ ਮਿਲੇ ਤਾਂ ਮਤਲਬ ਕਿਉਂਕਿ ਨੈਗੇਟਿਵਿਟੀ ਬਹੁਤ ਜ਼ਿਆਦਾ ਹੈਗੀ ਆ ਆਪਾਂ ਨੈਗੇਟਿਵ ਵੱਲੋਂ ਬਹੁਤ ਜ਼ਿਆਦਾ ਅਟਰੈਕਟ ਹੁੰਦੇ ਨੇ ਤਾਂ ਸਾਨੂੰ ਉਹਨਾਂ ਦੇ ਜਿਹੜੇ ਖਾਮਿਆਜੇ ਨੇ ਉਹ ਦੇਖਣੇ ਚਾਹੀਦੇ ਨੇ ਕਿ ਇਹਦਾ ਅਸਰ ਕੀ ਪਵੇਗਾ ਸਾਡੀ ਲਾਈਫ ਤੇ ਜਾਂ ਸਮਾਜ 'ਚ ਇਹਦਾ ਅਸਰ ਕੀ ਪਵੇਗਾ ਚੰਗੇ ਪਾਸੇ ਨੂੰ ਤੋਰਨਾ ਚਾਹੀਦਾ ਹੈ ਇਹੀ ਮੇਰੀ ਇੱਕ ਮੈਸੇਜ ਰਹੇਗਾ ਜੀ ਸੋ ਇਹ ਸੀਗੇ ਬਲਰਾਜ ਜੀ ਜਿਹੜੇ ਕਿਤੇ ਵਜੋਂ ਫਿਜ਼ੀਕਲ ਟੀਚਰ ਨੇ ਪਰ ਜਿਹੜੀ ਇਹਨਾਂ ਦੀ ਕਲਾ ਹੈਗੀ ਆ ਲਘੂ ਕਲਾ ਬੜੀ ਬਰੀਕੀ ਨਾਲ ਜਿਹੜੀ ਇਹਨਾਂ ਨੇ ਕਲਾ ਦਿਖਾਈ ਹੋਈ ਹੈ ਵੱਖ-ਵੱਖ ਤਸਵੀਰਾਂ ਜਿਹੜੀਆਂ ਨੇ ਇਹਨਾਂ ਨੇ ਚੌਕ ਦੇ ਉੱਤੇ ਘੜੀਆਂ ਹੋਈਆਂ ਨੇ ਚੌਕ ਨੂੰ ਬਹੁਤ ਤਰ੍ਹਾਂ ਨਾਲ ਚੌਕ ਨੂੰ ਇੱਕ ਕਲਾ ਦੇ ਰੂਪ ਦੇ ਵਿੱਚ ਚੌਕ ਨੂੰ ਕਿਵੇਂ ਕਲਾ ਦੇ ਤੌਰ ਤੌਰ ਤੇ ਵਰਤਿਆ ਜਾ ਸਕਦਾ ਹੈ ਚੌਕ ਦੀ ਕਲਾ ਨੂੰ ਇਹਨਾਂ ਨੇ ਸਾਡੇ ਸਾਹਮਣੇ ਲਿਆਂਦਾ ਵੀ ਚੌਕ ਨੂੰ ਇਸ ਤਰ੍ਹਾਂ ਵੀ ਵਰਤਿਆ ਜਾ ਸਕਦਾ ਸੋ ਬਹੁਤ ਸਾਰੀਆਂ ਕਲਾਮਾਂ ਐਸੀਆਂ ਨੇ ਜਿਹੜੀਆਂ ਛੁਪੀਆਂ ਪਈਆਂ ਨੇ ਉਹਨਾਂ ਨੂੰ ਉਭਾਰਨ ਦੀ ਲੋੜ ਹੈ ਕਿਉਂਕਿ ਲੋਕਾਂ ਦੇ ਅੰਦਰ ਪ੍ਰਤਿਭਾ ਕਲਾ ਬਹੁਤ ਜ਼ਿਆਦਾ ਹੈ ਉਹਨਾਂ ਨੂੰ ਨਿਖਾਰਨ ਦੀ ਲੋੜ ਹੈਗੀ ਹੈ ਉਹਨਾਂ ਨੂੰ ਹੁਨਰ ਜਿਹੜਾ ਹੈ ਉਹਨਾਂ ਦਾ ਉਹਨੂੰ ਉੱਪਰ ਠਾਉਣ ਦੇ ਲਈ ਉਹਨਾਂ ਨੂੰ ਉਹੋ ਜਿਹੇ ਉਪਰਾਲੇ ਉਹੋ ਜਿਹੇ ਜਿਹੜੇ ਪ੍ਰੋਗਰਾਮ ਨੇ ਜਾਂ ਉਹੋ ਜਿਹੜਾ ਸਿਸਟਮ ਨਹੀਂ ਮਿਲ ਰਿਹਾ ਉਹ ਕਿਤੇ ਨਾ ਕਿਤੇ ਦਬੀ ਰਹਿ ਜਾਂਦੀ ਹੈ ਸੋ ਕਲਾ ਜਿਹੜੀ ਆ ਕਲਾ ਬਾਹਰ ਨਿਕਲ ਕੇ ਜਰੂਰ ਆਉਣੀ ਚਾਹੀਦੀ ਹੈ ਤਾਂ ਕਿ ਬਲਰਾਜ ਵਰਗੇ ਜਿਹੜੇ ਨੌਜਵਾਨ ਨੇ ਉਹ ਸਮਾਜ ਲਈ ਪ੍ਰੇਰਨਾਦਾਇਕ ਬਣਨ ਤੇ ਜਿਵੇਂ ਬਲਰਾਜ ਜੀ ਨੇ ਆਪਣੀ ਕਲਾ ਦੇ ਰਾਹੀਂ ਬਹੁਤ ਵੱਡਾ ਮੈਸੇਜ ਜਿਹੜਾ ਦਿੱਤਾ ਤੇ ਦੱਸਿਆ ਵੀ ਚੌਕ ਨੂੰ ਅਸੀਂ ਇੱਕ ਮਿੱਟੀ ਨੂੰ ਕਿਵੇਂ ਸੋਨਾ ਬਣਾਇਆ ਜਾ ਸਕਦਾ ਇਹਨਾਂ ਨੇ ਆਪਣੀ ਕਲਾ ਦੇ ਰਾਹੀਂ ਦਿਖਾਇਆ ਤੁਸੀਂ ਜੁੜੇ ਰਹਿਣਾ ਗਲੋਬਲ ਪੰਜਾਬ ਟੀਵੀ ਦੇ ਨਾਲ ਤੁਹਾਨੂੰ ਫੇਰ ਅਜਿਹਈਆਂ ਹੀ ਜੜੀਆਂ ਨੇ ਇੰਟਰਵਿਊ ਤੁਹਾਨੂੰ ਦਿਖਾਉਂਦੇ ਰਹਾਂਗੇ ਇਹ ਜੀ ਕਲਾਕ੍ਰਿਤੀ ਜਿਹੜੀ ਹੈ ਤੁਹਾਨੂੰ ਦਿਖਾਉਂਦੇ ਰਹਾਂਗੇ ਤੇ ਸਾਨੂੰ ਦਿਓ ਇਜਾਜ਼ਤ ਕੈਮਰਾਮੈਨ ਜੇਪੀ ਦੇ ਨਾਲ ਜਗਜੀਤ ਸਿੰਘ ਪੰਜੋਲੀ ਧੰਨਵਾਦ